ਏ ਆਕਾਸ਼ਵਾਣੀ ਜੰਮੂ ਹੈ ਹਾਂ ਤੁਸੀਂ ਵਿਜੇ ਬਜਾਜ ਕੋਲੋਂ ਖਬਰਾਂ ਸੁਨੋ ਸੰਸਦ ਦੇ ਬਜਟ اجلاس ਦਾ ਦੁਆਇਸਾ ਅੱਜਾ ਥਮਾ ਸ਼ੁਰੂ ਹੋਈ ਪਿਆ। ਉاں ਰਾਜ ਸਭਾ ਚ ਵਿਰੋਧੀ ਧੜੇ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਵਾਲੇ ਮਾਮਲੇ 'ਤੇ ਬਹਿਸ ਕਰਾਉਣ ਦੀ ਮੰਗ ਕੀਤੀ ਹੈ। ਅੰਗਾਂ ਮਾਕੀਤਾ ਜਿਸ ਕਰੀ ਰਾਜ ਸਭਾ ਦੀ ਕਾਰਵਾਈ ਦੁਪਹਿਰੀ 1 ਵਜੇ ਤੱਕ ਅਰਸਤਗਤ ਕਰ ਦਿੱਤੀ ਗਈ। ਵਿਰੋਧੀ ਧੜੇ ਦੇ ਸਦਸੀਆਂ ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਚਰਚਾ ਦੀ ਮੰਗ ਗਿ ਲਈਏ ਨਾਰੀਬਾਜ਼ੀ ਕੀਤੀ। ਇਹ ਦਿਸ਼ਾ ਪਹਿਲੇ ਵੱਡਲਾ ਵਿਰੋਧੀ ਧੜੇ ਦੇ ਲੀਡਰ ਮਲਿਕ ਅਰਜੁਨ ਖੜਗੇ ਹੋ ਰਹੇ ਸਦਨ ਦੇ ਪਹਿਲੇ ਥਮਾ ਤਹਿ ਕੰਮਕਾਜ ਕੀ ਅਗੜਾ ਪਾਈ ਹੈ। ਪੈਟਰੋਲ ਡ ਤੇ ਨੋਟਿਸ ਦਿੱਤਾ ਹੈ ਸੰਸਦ ਦੇ ਬਜਟ اجلاس ਦਾ ਇਹ ਦੂਜਾ ਇਸਾ ਅਗਲੇ ਮਹੀਨੇ ਦੀ 8 ਤਰੀਕ ਦੀ ਮੁੱਕੀ ਜਾਗ ਇਸ ਦੌਰਾਨ ਸੱਤਾ ਪક્ષ ਮਾਲੀ ਬਰੇ 2021-2022 ਯਾਸਤੇ ਬਖਬਖ ਗ੍ਰਾਂਟ ਮੰਗੇ ਤੇ ਮਾਲੀ ਬਿਲੰਗ ਦੀ ਪਾਸ ਕਰਾਉਣੇ ਉਪਰ ਮੁੱਖ ਕਰੀਏ ਧਿਆਨ ਦੇਖ ਸਰਕਾਰ ਨੇ ਬਜਟ ਸਤਰ ਦੇ ਇਸ ਦੂਜੇ ਸਿਆਸਤੇ ਕਈ ਸਾਰੇ ਬਿਲੰਗ ਦੀ ਸੂਚੀ ਬੱਧ ਵੀ ਕੀਤੇ ਤਾਂ ਜੰਮੂ ਕਸ਼ਮੀਰ ਦਾ ਸਾਲਾਨਾ ਬਜਟ ਉਪਰਤਲੀ ਦੂਏ ਬਰੇ ਵੀ ਸੰਸਦ ਚ ਪੇਸ਼ ਕੀਤਾ ਜਾਗ ਕਿ ਜੇ ਜੰਮੂ ਕਸ਼ਮੀਰ ਚ ਇਹ ਲੈ ਵਿਧਾਨ ਸਭਾ ਨਹੀਂ ਹੈ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਸੈਂਬਲੀ ਦੀਆਂ ਸਭੇ ਤਾਕਤਾਂ ਲੈ ਸੰਸਦ ਕਸ਼ਣ ਕੇਂਦਰੀ ਖਜ਼ਾਨਾ ਮੰਤਰੀ ਹੋਰ ਇਸਮੀਨੇ ਦੇ ਦਰੂਵੇ ਜਾਂ ਫਿਰ ਤ੍ਰਿਗੇਫ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਬਜਟ ਸੰਸਦ ਚ ਪੇਸ਼ ਕਰ ਸਕਦੀਆਂ ਹਨ ਪ੍ਰਦੇਸ਼ ਦੇ ਬਜਟ ਚ ਫਿਲਹਾਲ ਬਾਅਦੇ ਦੀ ਕੋਈ ਖਾਸ ਮੇਦ ਨਹੀਂ ਹੈ ਕਿ ਜੇ ਕੇਂਦਰ ਸਰਕਾਰ ਨੇ ਸੰਸਦ ਚ ਆਲਚੇਗਾ ਪੇਸ਼ ਕੀਤੇ ਗਏ ਕੇਂਦਰੀ ਬਜਟ ਚ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਗ੍ਰਾਂਟ ਚ ਕੋਈ ਇਜ਼ਾਫਾ ਨਹੀਂ ਕੀਤਾ ਹੈ ਕੇਂਦਰੀ ਬਜਟ ਚ ਜੰਮੂ ਕਸ਼ਮੀਰ ਲਈ 2021-2022 ਬਰੇ ਕੀਤਾ 3755 ਕਰੋੜ ਰੁਪਏ ਰੱਖੇ ਗਏ ਹਨ ਇਸ ਤੋਂ ਇਲਾਵਾ ਕੇਂਦਰੀ ਖਜ਼ਾਨਾ ਮੰਤਰੀ ਹੋਰੇ ਬਜਟ ਚ ਜੰਮੂ ਕਸ਼ਮੀਰ ਲਈ ਇੱਕ ਗੈਸ ਪਾਈਪਲਾਈਨ ਦਾ ਐਲਾਨ ਵੀ ਕੀਤਾ ਹੈ ਜੰਮੂ ਕਸ਼ਮੀਰ ਚ ਕੋਰੋਨਾ ਧਮਾ ਠੀਕ ਹੋਣਿਆ ਲੰਦੀ ਦਰ ਹੋਰ ਸੁਧਰੀ ਹੈ 98 ਫੀਸਦ ਹੋਈ ਗਈ ਹੈ ਉਹਾ ਪ੍ਰਦੇਸ਼ ਚ ਕੱਲ ਕੋਵਿਡ-19 ਦੇ 112 ਨਵੇਂ ਮਾਮਲੇ ਵੀ ਸਾਹਮਣੇ ਆਏ ਨੇ ਜਿੰਦੇ ਚਾ 19 ਜੰਮੂ ਡਿਵੀਜ਼ਨ ਧਮਾ ਤੇ 93 ਕਸ਼ਮੀਰ ਕਾਟੀ ਧਮਾਨ ਪ੍ਰਦੇਸ਼ ਚ ਇਹਲਾ ਕਰੋਨਾ ਵਾਇਰਸ ਦੇ 892 ਐਕਟਿਵ ਪੋਜ਼ਿਟਿਵ ਮਾਮਲੇ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਕਰੋਨਾ ਵਾਇਰਸ ਕਾਰਨ ਇੱਕ ਜਨੇ ਦੀ ਕਸ਼ਮੀਰ ਖਿੱਤੇ ਚ ਮੌਤ ਵੀ ਹੋਈ ਹੈ ਤਾਂ ਹੀ ਜੰਮੂ ਕਸ਼ਮੀਰ ਚ ਅਜੇ ਤੱਕ 75 ਫੀਸਦੀ ਸਿਹਤ ਕਰਮੀਆਂ ਤੇ ਤਕਰੀਬਨ 70 ਫੀਸਦੀ ਫਰੰਟਲਾਈਨ ਵਰਕਰਾਂ ਕੀ ਕੋਵਿਡ ਸਾ ਬਚਾ ਲੈ ਟੀਕੇ ਲਾਈ ਦਿੱਤੇ ਗਏ ਦਿਨ ਇਹਲਾ جاری ਟੀਕਾਕਰਨ ਅਭਿਆਨ ਦੇ ਤਹਿਤ ਤਕਰੀਬਨ 15 ਲੱਖ ਲੋਕਾਂ ਕੀ ਇਹ ਟੀਕੇ ਲਾਈ ਚਾਂਗਣ ਇੰਦੇ ਚ 60 ਬਰੇਸ਼ਾ ਮਤੀ ਉਮਰੀ ਦੇ ਬਜ਼ੁਰਗ ਤੇ 45 ਬਰੇਸ਼ਾ ਲੇਕੇ 95 ਬਰੇ ਤੱਕ ਦੀ ਉਮਰੀ ਦੇ ਓਕੜੇ ਲੋਕ ਵੀ ਸ਼ਾਮਲ ਨੇ ਜਿਹੜੇ ਪਹਿ ਕੁ ਬਿਮਾਰੀਆਂ ਥਮ ਗ੍ਰਸਤ ਨਾ ਤਾਈ ਮੁਲਕ ਪਰ ਅਜ ਕੋਵਿਡ ਥਮ ਠੀਕੋ ਲੈਣੇ ਦੀ ਦਰ ਹੁਣ 97% ਹੋ ਗਈ ਹੈ ਮੁਲਕ ਪਰ ਅਜ ਅਜੰਧਾ ਕਰ ਕੋਵਿਡ ਚ ਬਚਾ ਲੇ ਤਕਰੀਬਨ 2 ਕਰੋੜ 10 ਲੱਖ ਟੀਕੇ ਲਾਏ ਜਾ ਚੁਕੇ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਇਹ ਦਿਹਾੜਾ ਅਰਬਰੀ 8 ਮਾਰਚ ਕੀ ਮਨਾਇਆ ਜਾਂਦਾ ਹੈ ਤਾਂ ਜੋ ਲਿੰਗਿਕ ਸਮਾਨਤਾ ਲਈ ਇੱਕ ਦੁਨੀਆ ਦਾ ਨਿਰਮਾਣ ਕਰਨੇ ਤੇ ਜੀਵਨ ਦੇ ਹਰ ਇੱਕ ਖੇਤਰ ਚ ਮਹਿਲਾਇਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣੇ ਦਾ ਮੌਕਾ ਆਸਲ ਹੋਈ ਸਕੇ ਅਰਬਰੀ 8 ਮਾਰਚ ਕੀ ਮਨਾਇ ਜਾਣ ਵਾਲੇ ਇਸ ਦਿਵਸ ਦਾ ਮਕਸਦ ਮਹਿਲਾਇਆਂ ਤੇ ਮਰਦਾਂ ਵਿਚਕਾਰ ਬਰੋਬਰੀ ਸਥਾਪਿਤ ਕਰਨਾ ਮਹਿਲਾਇਆਂ ਦੀ ਸ਼ਾਨਦਾਰ ਉਪਲਬਧੀਆਂ ਲਈ ਮਾਨ ਦੇਣਾ ਤੇ ਜੀਵਨ ਦੇ ਹਰ ਖੇਤਰ ਚ ਹੁੰਦਾ ਮਤਵ ਸਥਾਪਿਤ ਕਰਨਾ ਹੈ ਇਸ ਬਰੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਵਿਸ਼ੇਸ਼ਾਅ ਹੈ ਨੇਤ੍ਰਿਤਵ ਵਾਲੀ ਭੂਮਿਕਾ ਚ ਮਹਿਲਾ ਤੇ ਕੋਵਿਡ 19 ਵਾਲੀ ਦੁਨੀਆ ਚ ਉਹਨਦੇ ਲਈ ਬਰੋਬਰੀ ਵਾਲਾ ਪਵ ਪ੍ਰਧਾਨ ਮੰਤਰੀ ਨਰਿੰਦਰ ਮੋਦੀਉਰੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਪਰ ਮਹਿਿਲਾਂ ਦੇ ਅਦਮਯ ਜਜ਼ਬੇ ਗਿਸਲਾਮ ਕੀਤਾ ਹੈ ਆਪਣੇ ਸੰਦੇਸ਼ ਚ ਸ਼੍ਰੀ ਮੋਦੀਉਰੇ ਆਖਿਆ ਜੇ ਭਾਰਤ ਦੀਆਂ ਮਹਿਿਲਾਂ ਦੀਆਂ ਉਪਲਬਧੀਆਂ ਉਪਰ ਮੁਲਕਾ ਕੀ ਮਾਨ ਹੈ ਤੇ ਇਹ ਉਹਦੀ ਸਰਕਾਰ ਲਈ ਬੜੇ ਫਖਰ ਵਾਲੀ ਗੱਲ ਹੈ ਜੇ ਉਸੇ ਬਖ ਬਖ ਖੇਤਰੇ ਚ ਮਹਿਲਾ ਸਸ਼ਕਤੀਕਰਨ ਆਸਤੇ ਕੰਮ ਕਰਨ ਦਾ ਮੌਕਾ ਹਸ ਲੋਆ ਕਰਤਾ ਹੈ ਤਾਂ ਜੰਮੂ ਕਸ਼ਮੀਰ ਦੇ ਲੈਫਟਨੈਂਟ ਗਵਰਨਰ ਮਨੋਤ ਸੇਨਾਹੁਰ ਨੇ ਆਪਣੇ ਸੰਦੇਸ਼ ਚ ਪ੍ਰਦੇਸ਼ ਦੇ ਲੋਕਾਂ ਕੀ ਅਪੀਲ ਕੀਤੀ ਹੈ ਜਿਓ ਮਹਿਲਾਇਨ ਦੀ ਸੁਰੱਖਿਆ ਮਹਿਲਾਇਨ ਦੇ ਆਰਥਿਕ ਸਸ਼ਕਤੀਕਰਨ ਕੀ ਬੜਾ ਵਾਦੇ ਨੇ ਮਹਿਲਾਇਨ ਦੀ ਸਿੱਖਿਆ ਤੇ ਕੰਮ ਰੋਜ਼ਗਾਰ ਚ ਮਹਿਲਾਇਨ ਦੀ ਸ਼ਮੂਲੀਅਤ ਵਧਾਣੇ ਲਈ ਲਗਾਤਾਰ ਕੰਮ ਜਾਰੀ ਰੱਖਣ ਤਾਂ ਜੇ ਇੱਕ ਰਮਾਨਦਾਰੀ ਵਾਲੇ ਤੇ ਖੁਸ਼ਹਾਲ ਸਮਾਜ ਦਾ ਨਿਰਮਾਣ ਕੀਤਾ ਜਾイ ਸਕੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਪਰ ਮਹਿਲਾਇਨ ਦੇ ਪ੍ਰਤੀ ਸਨਮਾਨ ਦਰਸਾਣ ਦੇ ਤੌਰ ਉਪਰ ਸਭ ਨੇ ਮਹਿਲਾ ਸੈਲਾਨੀਆਂ ਕੀ ਕੇਂਦਰ ਪਾਸਿਆਂ ਸੰਰਖਿਤ ਸਭ ਨੇ ਸਮਾਰਕਾਂ ਚ ਮੁਫਤ ਦਾਖਲ ਹੋਣ ਦੀ ਇਜ ਦਿੱਤੀ ਗਈ ਹੈ ਜੰਮੂ ਕਸ਼ਮੀਰ ਸਕੂਲੀ ਸਿੱਖਿਆ ਬੋਰਡ ਨੇ ਕਸ਼ਮੀਰ ਲਈ 12ਵੀਂ ਜਮਾਤ ਦੇ ਸਾਲਾਨਾ ਰੈਗੂਲਰ ਮਤਿਆਨੇ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ ਕੁੜੀਆਂ ਇੱਕ ਵਾਰੀ ਵੀ ਜਾਗਤਾਂ ਦੇ ਮੁਕਾਬਲੇ ਮਤਾ ਬਿਹਤਰ ਪ੍ਰਦਰਸ਼ਨ ਦੱਸਦੀ ਹੋਈ ਸਭ ਨੇ ਵਿਸ਼ੇ 'ਚ ਅਵਲ ਥਾਰਾ ਹਾਸਲ ਕੀਤੀਆਂ ਨੇ ਇਨੇ ਮਤਿਆਨੇ ਚ 83% ਕੁੜੀਆਂ ਜਿਸਲੇ ਕਿ 78% ਜਾਗਤ ਪਾਸ ਹੋਏ ਨੇ ਕੁੱਲ ਰਲਾਈਏ 80% ਬੱਚੇ ਇਮਤਿਹਾਨ ਪਾਸ ਕੀਤਾ ਹੈ 12ਵੀਂ ਜਮਾਤ ਦੇ ਇਸ ਇਮਤਿਹਾਨ ਚ ਸ਼ਰਨਗਰਥਾ માં ਚਾਉ ਕੁੜੀਆਂ ਸਾਇੰਸ ਦੇ ਵਿਸ਼ੇ ਚ 100 ਫੀਸਡ ਨੰਬਰ ਹਾਸਲ ਕੀਤੇ ਨੇ ਇਮਤਿਹਾਨ ਪਿਛਲੇ ਬਰੇ ਨਵੰਬਰ ਮਹੀਨੇ ਦੇ ਮੁਜਾਟਾ ਲਿਆਤਾ ਗਿਆ ਹ ਤੇ ਤਕਰੀਬਨ 58514 ਬੱਚੇ ਇਹ ਇਮਤਿਹਾਨ ਦਿੱਤਾ ਹ सरकार ने आजादी की पचहत्रवीं बरेगंड मनाने प्रधानमंत्री नरेंद्र मोदी हधानता राष्ट्रीय समिति गठित की है इस समिति की पहली बैठक लगा कर समिति में दो सौ उनाहठ मेंब्बर ए समिति राष्ट्रीय अंतर्राष्ट्रीय स्तर पर आजादी की पचहत्तरवीं बरेगंड पर कई कार्यक्रमों की तैयारी नीतिगत दिशा निर्देश दें ਅੰਮ੍ਰਿਤ ਮਹੋਤਸਵ ਦੇ ਕਾਰਜਕ੍ਰਮ ਇਸ ਬਾਰੇ 12 ਮਾਰਚ ਨੂੰ ਸ਼ੁਰੂ ਹੋ ਗੰ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਨੇਤ੍ਰਿਤਵ ਚ ਚਲਾਏ ਗਏ ਇਤਿਹਾਸਿਕ ਨਮਕ ਸत्याग्रह ਦੇ 92 ਬਰੇ 12 ਮਾਰਚ ਕੀ ਪੂਰਵ ਆਕਰ ਦਿਨ ਅੰਮ੍ਰਿਤ ਮਹੋਤਸਵ ਦੇ ਸਰਬੰਧਾ ਚ ਬਖਵਾਕ ਮੰਤralਿਆਂ ਦੀ ਤਰਫਾ ਆਯੋਜਿਤ ਕਾਰਜਕ੍ਰਮ ਦੇ ਬਾਰੇ ਚ ਮਾਰਗਦਰਸ਼ਨ ਲਈ ਰਾਸ਼ਟਰੀ ਸਮਿਤੀ ਪਹਿਲੰਗ ਗਠਿਤ ਕਰ ਲਾਤੀ ਕਿ ਦਿੱਇਆ। ਜੰਮੂ ਕਸ਼ਮੀਰ ਦੇ ਪਦਰੇ ਇਲਾਕਿਆਂ ਚ ਅੱਜ ਬਰਖਾ ਅਤੇ ਉੱਚੇ ਪਹਾੜੀ ਇਲਾਕਿਆਂ ਚ ਆਉਲੀ ਬਰਫ ਬਾਰਿ ਹੋਈ ਹੈ। ਹਾਲਾਂਕਿ ਮੌਸਮ ਵਿਭਾਗ ਨੇ ਅੱਜ ਦੁਪਹਿਰੀ ਤਮਾ ਸਾਫ ਮੌਸਮ ਦੀ ਪ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਆਖਿਆ ਜੀ ਆਉਂਦੀ 10 ਮਾਰਚ ਤੱਕ ਮੌਸਮ ਖੁਸ਼ਕ ਰੋਗ ਤੇ ਉਦੇ ਪ੍ਰਇੰਤ ਜੰਮੂ ਕਸ਼ਮੀਰ ਤੇ ਲੱਦਾਖ ਚ ਵੀ ਬਰਖਾ ਬਰਨੇ ਦੇ ਅਸਰ ਨ ਇਹਦੇ ਕੰਨੇ ਗਏ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੁਆ